ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕ ਆਇਰ ਸ਼ੈਰ ਫਾਰਮ ਸ਼ੇਰਗੜ ਤੋਂ ਅੱਜ ਸਾਡੇ ਸਿੱਕਮ ਵਾਲੇ ਬੁੱਲ ਦੀ ਸੈਕੰਡ ਲਕਟੇਸ਼ਨ ਦੇ ਵਿੱਚ ਜਿਹੜੀ ਇਹ ਬੱਚੀ ਹੈ ਚਾਰ ਦੰਦ ਕੱਲ ਇਹ ਕਾਵਿੰਗ ਹੋਈ ਹੈ ਤਾਂ ਇਸਨੇ ਸਾਡੇ ਨਵੇਂ ਬੁੱਲ ਵੈਪਸਨ ਦੀ ਅੱਗੇ ਫੀਮੇਲ ਕਾਫ ਨੂੰ ਜਿਹੜਾ ਹੈ ਬਰਥ ਦਿੱਤਾ ਹੈ ਬਹੁਤ ਹੀ ਅੱਛਾ ਜਿਹੜਾ ਰਿਜ਼ਲਟ ਹੈ ਵੈਪਸਨ ਦਾ ਉਹ ਆਇਆ ਸੇਮ ਟੂ ਸੇਮ ਉਸ ਦੇ ਉੱਪਰ ਹੀ ਇਹ ਫੀਮੇਲ ਗਈ ਹੈ ਵਾਈਟ ਕਲਰ ਜ਼ਿਆਦਾ ਤਾਂ 레드 स्पोर्ट ਥੋੜੇ ਘੱਟ ਨੇ ਕਿਉਂਕਿ ਸਾਡਾ ਵੈਪਸਨ ਬੁੱਲ ਵੀ ਇਦਾਂ ਦਾ ਹੀ ਹੈ ਬਿਲਕੁਲ ਤੇ ਬਲੂ ਆਈਸ ਨੇਰੀਆਂ ਬਿਲਕੁਲ ਤੇ ਨੀਚੋਂ ਆਰਡਰ ਦੀ ਕੁਆਲਿਟੀ ਤੇ ਥੰਨਾ ਦਾ ਸਾਈਜ਼ ਹੋਣੀ ਕਾਫੀ ਵੱਡਾ ਹੈ ਤਾਂ ਜੋ ਅੱਗੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਏਗੀ ਮਿਲਕਿੰਗ ਦੇ ਵਿੱਚ ਇਹ ਗਾਂ ਹੈ ਜੀ ਜਿੰਨੇ ਨੂੰ ਜਨਮ ਦਿੱਤਾ ਤੇ ਗਾਂ ਖਾਲੀ ਹੋ ਚੁੱਕੀ ਆ ਜੀ ਖੀਸ ਤੋਂ ਤੇ ਗਾਂ ਦੇ ਥੱਲੇ ਮੰਨ ਕੇ ਚੱਲੋ ਕੀ ਜਿਹੜੀ 15 16 ਕਿਲੋ 15 16 ਕਿਲੋ ਟਾਈਮ ਦੀ ਜਿਹੜੀ ਖੀਸ ਤੋਂ ਹੀ ਗਾਂ ਨੇ ਸਟਾਰਟਿੰਗ ਕੀਤੀ ਆ ਤੇ ਕਿਉਂਕਿ ਗਾਂ ਦਾ ਬੀਸੀਐਸ ਵੀ ਬਹੁਤ ਵਧੀਆ ਸੀ ਬਹੁਤ ਵਧੀਆ ਜੀ ਅਸੀਂ ਕੇਅਰ ਕੀਤੀ ਸੀਗੀ ਤੇ ਫਰਸਟ ਲਕਟੇਸ਼ਨ ਦੇ ਵਿੱਚ ਵੀ ਜਿਹੜਾ ਇਹਦਾ ਸੀ 31 32 31 32 ਕਿਲੋ ਮਿਲ ਕੇ ਜਿਹੜਾ ਸੀ ਰਿਹਾ ਸੀਗਾ ਇਸ ਵਾਰੀ ਦੀ ਉਮੀਦ ਕਾਫੀ ਚੰਗੀ ਹੈ ਕਿਉਂਕਿ ਇਸ ਵਾਰ ਵੜੀ 31 32 ਤਾਂ ਹੁਣੇ ਹੀ ਚੱਲੀ ਜਾਂਦੀ ਹੈ ਖਾਲੀ ਕਰਦੇ ਆਂ ਇਹ ਵੜੀ ਥੱਲੇ 15 16 ਕਿਲੋ ਇੱਕ ਟਾਈਮ ਦੀ ਜਿਹੜੀ ਖੀਸ ਹੈਗੀ ਹੈ ਪਰਮਾਤਮਾ ਨੇ ਚਾਇਆ ਵਧੀਆ ਪਰਫਾਰਮੈਂਸ ਰਹੀ ਤਾਂ ਇਹਦੀ ਲਾਈਵ ਮਿਲਕਿੰਗ ਜਰੂਰ ਆਊਗੀ ਉਮੀਦ ਕਰਦੇ ਆਂ ਕਿ 40 ਲੀਟਰ ਦੇ ਆਸ-ਪਾਸ ਹੋ ਸਕਦਾ ਥੋੜੀ ਸੇਵਾ ਖਿੱਚ ਕੇ ਕਰੀਏ ਤਾਂ ਇਸ ਤੋਂ ਉੱਪਰ ਦੀ ਨਹੀਂ ਤਾਂ ਨੋਰਮਲ ਡਾਈਟ ਤੇ 38 40 ਕਿਲੋ ਨੂੰ ਦੁੱਧ ਨੂੰ ਬੱਚੀ ਬਹੁਤ ਹੀ ਆਰਾਮ ਨਾਲ ਜਿਹੜੀ ਹੱਥ ਮਾਰ ਦੂਗੀ ਤੇ ਹਜੇ ਫ੍ਰੈਸ਼ਲੀ ਕਾਵਿੰਗ ਹੋਣ ਤੋਂ ਬਾਅਦ ਪਸ਼ੂ ਥੋੜਾ ਜਿਆ ਇਨਟੇਕ ਜਿਹੜਾ ਘਟ ਲੈਂਦਾ ਅਫਸਰਟ ਹੁੰਦਾ ਰਿਊਮਨ ਆਪਣੀ ਸਥਿਤੀ ਵਿੱਚ ਨਹੀਂ ਆਉਂਦਾ ਅਡਰ ਦੇਖ ਲਓ ਤੁਸੀਂ ਗਾਂ ਦਾ ਬਿਲਕੁਲ ਭੜਪਈ ਹੋਈ ਹੈ ਸਪੇਸ ਥਣਾ ਦੀ ਪੂਰੀ ਹੈ 15-20 ਦਿਨਾਂ ਦੇ ਵਿੱਚ ਅਡਰ ਵੀ ਸ਼ੇਪ ਤੇ ਆ ਜਾਊਗਾ ਵੈੜੇ ਵੀ ਪੂਰੇ ਦੁੱਧ ਦੇ ਉੱਪਰ ਪੀਕ ਤੇ ਆ ਜੂਗੇ ਤਾਂ ਇਹਦੀ ਲਾਈਵ ਮਿਲਕਿੰਗ ਵੀ ਜਿਹੜੀ ਹੈ ਚੈਨਲ ਦੇ ਉੱਪਰ ਆ ਜੂਗੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ 15 ਤੋਂ ਲੈ ਕੇ 20 ਦਿਨ ਤੋਂ ਪਹਿਲਾਂ ਪਹਿਲਾਂ ਅਸੀਂ ਤੁਹਾਨੂੰ ਇਹਦੀ ਜਿਹੜੀ ਆ ਲਾਈਵ ਮਿਲਕਿੰਗ ਕਰਵਾਈ ਜਾਵੇ ਲੇਕਿਨ ਬੱਚੀ ਬਹੁਤ ਵਧੀਆ ਦਿੱਤੀ ਹੈ ਬਹੁਤ ਵਧੀਆ ਬੱਚੀ 43 ਕਿਲੋ ਦੀ ਬਰਥ weight ਹੈ ਬੱਚੀ ਦਾ ਤੇ ਈਜ਼ੀ ਕਾਵਿੰਗ ਹੋਈ ਹੈ ਵੈਪਸਨ ਸਾਡਾ ਜਿਹੜਾ ਨਵਾਂ ਬੁੱਲਾ ਹੈ ਜਿਹਦੇ ਸੀਮਨ ਮਾਰਕੀਟ ਚ ਅਵੇਲੇਬਲ ਨੇ ਉਹਦੀ ਫਰਸਟ ਬੱਚੀ ਜਿਹੜੀ ਸਾਡੇ ਕੋਲ ਆ ਚੁੱਕੀ ਹੈ ਜਿਹੜੀ ਕੀ ਸੀਮਨ ਰੈਡੀ ਹੋਣ ਤੋਂ ਪਹਿਲਾਂ ਵੈਪਸਨ ਨੇ ਇਸ گاਉ ਨੂੰ ਤੇ ਇੱਕ ਸਾਡੇ ਕੋਲ ਦੋ گاਵਾ ਹੋਰ ਰਹਿ ਗਿਆ ਜਿਨ੍ਹਾਂ ਨੂੰ ਨੈਚੁਰਲ ਮੀਟਿੰਗ ਤੋਂ ਅਸੀਂ ਕੀਤਾ ਸੀ ਤਾਂ ਉਸ ਤੋਂ ਬਾਰ ਜਦੋਂ ਹੁਣੇ ਰਿਜ਼ਲਟ ਆਏ ਨੇ ਤਾਂ ਇਸ ਤੋਂ 1 ਮਹੀਨਾ ਪਹਿਲਾਂ ਜਿਹੜੇ ਨੇ ਵੈਪਸਨ ਦੇ ਜਿਹੜੇ ਨੇ ਸੀਮਨ ਉਹ ਮਾਰਕੀਟ ਵਿੱਚ ਆਨੇ ਸਟਾਰਟ ਹੋਏ ਨੇ ਦੇਖ ਲਓ ਜੀ ਗਾਂ ਦਾ ਥਾਣਾ ਵਧੀਆ ਪੂਰਾ ਅਡਰ ਕੱਲਾ ਕੱਲਾ ਦੂਰ ਦੂਰ ਤੇ BCS ਬਹੁਤ ਚੰਗਾ ਹੈ ਵਿਰਕ ਆਇਰਿਸ਼ ਫਾਰਮ ਸ਼ੇਰਗੜ ਇਹ ਉਪਰਾਲਾ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਚੰਗੀ ਤੇ ਵਧੀਆ ਰੈੱਡ ਰਾਈਟ ਦੇ ਵਿੱਚ ਆਇਰ ਸ਼ੈਰ ਨਸਲ ਜਿਸ ਨੂੰ ਅਸੀਂ ਨਾਮ ਦਿੱਤਾ ਹੈ ਉਹ ਤਿਆਰ ਕਰੂਗਾ ਅਤੇ ਚੰਗੀਆਂ ਵੱਛੀਆਂ ਜਿਨ੍ਹਾਂ ਦੀ ਮਿਲਕ ਦੇਣ ਦੀ ਕਪੈਸਿਟੀ ਪਹਿਲੇ ਸੂਏ ਦੇ ਵਿੱਚ ਹੀ 35 ਲੀਟਰ ਤੋਂ 40 ਲੀਟਰ ਦੀ ਹੋਊਗੀ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਲਾਸਟ ਵਿੱਚ ਇੱਕ ਨਵੇਦਨ ਹੈ ਕਿ ਇਹ ਗਾਂ ਨਾਟ ਫੋਰ ਸੇਲ ਹੈ। ਇਹਦਾ ਕੋਈ ਮੁੱਲ ਨਹੀਂ। ਸਾਰੀਆਂ ਬਰੀਡਿੰਗ ਵਾਲੀਆਂ ਜਿਹੜੀਆਂ ਹੁਣ ਗਾਵਾਂ ਨੇ ਫਾਰਮ ਤੇ ਨਾਟ ਫੋਰ ਸੇਲ ਨੇ। ਅਗਰ ਕੋਈ ਸੇਲ ਵਾਸਤੇ ਹੋਈ ਤਾਂ ਜਰੂਰ ਮੈਂਸ਼ਨ ਕੀਤੀ ਜਾਊਗੀ। ਏ ਬੁੱਲਾ ਜੀ ਜਿਸ ਦੀ ਇਹ ਫਰਸਟ ਬੱਚੀ ਸਾਡੇ ਫਾਰਮ ਤੇ ਆ ਚੁੱਕੀ ਹੈ ਤੇ ਸੀਮਨ ਦੇ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਥੈਂਕ ਯੂ